ਕੱਠੀਆਂ ਹੋਈਆਂ ਉਹਨੇ ਦੁਆ ਮੰਗੀ ਵੀ ਮੈਨੂੰ ਆਸ਼ਰੀ ਬਹਾਲ ਹੀ ਰਵੇ ਤੇ ਜੇ ਉਹ 1000 ਬੀਬੀਆਂ ਦੀ ਕੋਈ ਨਵਾਸ਼ਰੀ ਦੀ ਕੁਲਮਾਦ ਹੁੰਦੀ ਤੇ ਰਹਿੰਦਾ ਨਾ ਸਹੀ ਗੱਲ ਚਲੋ 1000 ਚ 500 ਸਹੀ ਹੁੰਦੀ ਆ ਇਹਦੇ ਹੱਕ ਚ ਤੇ ਅੱਲਾ ਨਾ ਕਰਦਾ ਯਾਰ ਕਿਸੇ ਦਾ ਰਾਸਾ ਕਰਪਸ਼ਨ ਕਰਨਾ ਠੀਕ ਨੀ ਗਾ ਹੁਣ ਨਵਾਜ਼ ਸ਼ਰੀਫ ਕਰਪਟ ਆਇਆ ਤੇਰੀ ਨਜ਼ਰ ਚ ਕਿ ਨਹੀਂ ਕਿਉਂ ਚਾਚਾ ਤੇਰੀ ਨਜ਼ਰ ਚ ਨਵਾਜ਼ ਸ਼ਰੀਫ ਕਰਪਟ ਹੈ ਕਿ ਨਹੀਂ ਯਾਰ ਮੇਰੀ ਗੱਲ ਸੁਣ ਇੱਥੇ ਡੁਗ ਡੁਗੀ ਵਜਾਉਣ ਲੱਗ ਪਹਿਲਾਂ ਡੁਗ ਡੁਗੀ ਯਾਰ ਉੱਥੇ ਕੀ ਹੋਣ ਡਿਆ ਡੁਗ ਡੁਗੀ ਵਜਣ ਦੇ ਬੰਦੇ ਇਕੱਠੇ ਆ ਕਿਸੇ ਨੇ ਨੀ ਪੁੱਛਣਾ ਕੀ ਹੋਣ ਡਿਆ ਤੂੰ ਚਲੇ ਗਿਆ ਮੈਂ ਚਲ ਗਿਆ ਉਹ ਚਲ ਗਿਆ ਆਹ ਚਲ ਗਿਆ ਮਜਮਾ ਬਣ ਗਿਆ ਸਾਡੇ ਹੈਗਾ ਸਾਡੇ ਦਾ ਡੂ ਡੂਗੀ ਠੀਕ ਹੈ ਕਿ ਨਹੀਂ ਦਸਾਂ ਨੂੰ ਪੈਸੇ ਲਾ ਤੇ ਉਹਨਾਂ ਨਾਰੇ ਲਾਣੇ ਸ਼ੁਰੂ ਕਰਤੇ ਤੇ ਦੂਸਰੇ ਭੁੱਖਲਾ ਨੱਚਦੇ ਫਿਰ ਹੁਣ ਤਲੀਮ ਇੱਕ ਆ ਤਲੀਮ ਇੱਕ ਤੇ ਫਰੀ ਆ ਤੇ ਪੈਨਸਲ ਵੀ ਨਹੀਂ ਇੱਕ ਮਿਲਣ ਲਈ ਕਿਤਾਬਾਂ ਕਾਪੀਆਂ ਕਰਕੇ ਛੱਡੋ ਤੇ ਦੂਸਰੀ ਗੱਲ ਇਹ ਆ ਆਹ ਜਿਹੜੀ ਰੇਲ ਬਣਾਉਣ ਡਏ ਆ ਤੇ ਜੇ ਬੱਸਾਂ ਚਲਾਈਆਂ ਅਰਬਾਂ ਖਰਬਾਂ ਰੁਪਈਆਂ ਦੀਆਂ ਤੇ ਅੱਗੇ ਟਰਾਂਸਪੋਰਟ ਥੋੜੀ ਜਿਹੀ ਜੱਗ ਲਾਈਨ ਵਾਈ ਮੁੱਕਦੀ ਬੋਲਦਾ ਨੀ ਅੱਗੇ ਦੁਨੀਆ ਪੈਦਲ ਤੁਰੀ ਜਾਂਦੀ ਉਹੀ ਪੈਸੇ ਅਰਬਾਂ ਖਰਬਾਂ ਜਿਹੜੇ ਬਿਜਲੀ ਦੇ ਲਾ ਦਿੰਦੇ ਨਾ ਇਹ ਸਾਰੀ ਜ਼ਿੰਦਗੀ ਨਹੀਂ ਜਾ ਸਕਦੇ ਸੀ ਹੁਣ ਚਾਚਾ ਇਹ ਬਿਹਤਰ ਹੋਇਆ ਨਵਾਜ਼ ਸ਼ਰੀਫ ਚਲਾ ਗਿਆ ਹਿਸਾਬ ਇਹ ਆ ਉੱਠ ਫੁੱਦੀ ਦੀ ਹਨੇਰੀ ਆਈ ਆ ਉੱਠ ਫੁੱਦੀ ਦੀ ਹਨੇਰੀ ਆਈ ਆ ਉਹ ਹਿਸਾਬ ਆ ਤੈਨੂੰ ਹਿਸਾਬ ਦਾ ਨੀ ਪਤਾ ਅਕਲ ਬੁਲਾਣਾ ਛੱਡ ਦੇ ਹੈਲੋ ਅਕਲ ਬੁਲਾਣਾ ਛੱਡ ਦੇ ਤੈਨੂੰ ਪਤਾ ਲੱਗੇ ਸਾਡੇ ਸਿਆਸਤ ਦਾ ਉੱਠ ਫੁੱਦੀ ਦੀ ਹਨੇਰੀ ਆਈ ਆ ਜੀ ਚਾਚਾ ਸੀਧਾ ਜ਼ਰਦਾਰੀ ਕਿੱਡਾ ਕਰਪਸ਼ਨ ਉਹਨੂੰ ਹਰ ਨੇ ਬੁਰਕੀ ਸਿੱਟੀ ਹਰ ਨੂੰ ਕੁੱਤਾ ਪਾਉ ਹੁੰਦਾ ਨਾ ਉਹਨੂੰ ਬੁਰਕੀ ਸਿੱਟਦਾ ਉੱਚ ਉਹ ਆਪਣੇ 5 ਸਾਲ ਰਿਕਾਰਡ ਕੰਮ ਕਰ ਗਿਆ ਜੀ ਰਿਕਾਰਡ ਕੰਮ ਕਰ ਸਾਡਾ ਹੀਰਾ ਮੁਲਕ ਆ ਹੈਲੋ ਸਾਡਾ ਕਾ ਹੀਰਾ ਮੁਲਕ ਆ ਉਹ ਤੇਰੇ ਬਾਬੇ ਦਾ ਮਕਾਨ ਜਿਹੜਾ ਕੱਚਾ ਨਾ ਉਹਨੂੰ ਕਾ ਮੈਂ ਲਪਾਈ ਨੀ ਕਰ ਸਕਦਾ ਬੋਲਦਾ ਨੀ ਤੂੰ ਲਪਾਈ ਨੀ ਕਰ ਸਕਦਾ ਤੇ ਪੱਕੇ ਨੇ ਤੂੰ ਖਾਬ ਦੇਖਦਾ ਵੈਰੀ ਗੁੱਡ ਵੈਸੇ ਬਾਬੇ ਕਾਇਦੇ ਆਜ਼ਮ ਅੱਲਾਹ ਤਾਲਾ ਉਹਨੂੰ ਜੰਨਤ ਨਸੀਬ ਕਰੇ ਕਦੇ ਕਿਸੇ ਨੇ ਕਿਹਾ ਅੱਲਾਹ ਤਾਲਾ ਬਾਬੇ ਕਾਇਦੇ ਆਜ਼ਮ ਨੂੰ ਜੰਨਤ ਨਸੀਬ ਕਰੇ ਬਹੁਤ ਘੱਟ ਹਜ਼ਾਰਾਂ ਜੋ ਕੋ ਬੰਦੇ ਚੰਦ ਆਖਣਦੇ ਓਏ ਕਿਦੇ ਮੈਂ ਨਾ ਜ਼ਿਕਰ ਹੀ ਨਹੀਂ ਉਹਨੇ ਗਲਤੀ ਬੜੀ ਕੀਤੀ ਜੇ ਇਹ ਪਾਕਿਸਤਾਨ ਬਣਾਉਣ ਵਾਲੀ ਉਹਨੂੰ ਪਤਾ ਹੁੰਦਾ ਨਾ ਇਹ ਜੇ ਉੱਲੂ ਆ ਤੇ ਕਦੀ ਨਹੀਂ ਸੀ ਉਹਨੇ ਗਲਤੀ ਕਰਨੀ ਹੁਣ ਚਾਹੁੰਦੇ ਚੰਗਾ ਹੋਇਆ ਕਿ ਮਾੜਾ ਹੋਇਆ ਉਹ ਸ਼ੇਰਾਂ ਦੀਆਂ ਮਾਰਾਂ ਗਿੱਦੜ ਕਰਨ ਕਲੋਲਾ ਸ਼ੇਰਾਂ ਦੀਆਂ ਮਾਰਾਂ ਗਿੱਦੜ ਕਰਨ ਕਲੋਲਾ ਉਹਨੇ ਮਾਰ ਮਾਰੀ ਸੀ ਅੱਗੇ ਗਿੱਦੜ ਸੀ ਉਹ ਕਲੋਲਾ ਕਰਨ ਡਿਆ ਸੀ ਇਸ ਮੁਲਕ ਦੇ ਨਾਲ ਵੈਰੀ ਗੁੱਡ ਚਾਚਾ ਵੈਰੀ ਗੁੱਡ ਮਜ਼ਾਕ ਬਣਾਇਆ ਅਸੀਂ ਮਜ਼ਾਕ ਬਣਾਇਆ ਚਾਚਾ ਸਾਨੂੰ ਇਲੈਕਸ਼ਨ ਹੁੰਦਾ ਗਰੀਬਾਂ ਨੂੰ ਆਇਆ ਫਲਾਨੇ ਦੇ ਆਇਆ ਜਦੋਂ ਜਿੱਤਦੇ ਆ ਉਦੋਂ ਗਰੀਬ ਦਾ ਜਦੋਂ ਲੱਦੇ ਉਦੋਂ ਵੀ ਗਰੀਬ ਮਾਰਦਾ ਤਾਂ ਗਰੀਬ ਨੂੰ ਦਿੱਤਾ ਲੈਣਾ ਲੈਣਾ ਮੇਰਾ ਉਹ ਟੱਟੇ ਨੀ ਕਦੀ ਜਵਾਨ ਹੋਏ ਜਿਹੜੇ ਲੰਦੇ ਥੱਲੇ ਰਹਿੰਦੇ ਆ ਅਸੀਂ ਕਿਹਾ ਥੱਲੇ ਆ ਅਸੀਂ ਕਿੱਥੇ ਜਵਾਨ ਹੋਣਾ ਸਾਡੀ ਲਾਲ ਕਿੱਥੇ ਜਵਾਨ ਹੋ ਗਈ ਨਾ ਸਿਆਸਤਦਾਨਾਂ ਨੇ ਆਉਣ ਹੀ ਨੀ ਦੇਣਾ ਸਾਨੂੰ ਅਸੀਂ ਇਹਨਾਂ ਸਿਆਸਤਦਾਨਾਂ ਦੇ ਥੱਲੇ ਅਸੀਂ ਜਵਾਨ ਨੀ ਹੋ ਸਕਦੇ ਸਾਡੀ ਲਾਦ ਨੀ ਹੋ ਸਕਦੀ ਇਹ ਮੈਂ ਕਹਿੰਦਾ ਅੱਲਾਹ ਤਾਲਾ ਦੀ ਕਰੁਣਾ ਦੀ ਜਿਹੜਾ ਸਾਡਾ ਮੁਲਕ ਹੈ ਤੁਰਿਆ ਹੀ ਜਾਂਦਾ ਇਹਨਾਂ ਨੇ ਅਖੀਰ ਕੀਤੀ ਆ ਉਹ ਇਹਨਾਂ ਨੂੰ ਬੜਾ ਖਾਈ ਜਾਂਦੇ ਉਹ ਮੁੱਕਣ ਵਾਲਾ ਨੀ ਗਾ ਅੱਲਾ ਨਾ ਮੁਕਾਵੇ ਉਹ ਮੁੱਕਦਾ ਨੀ